ਕਿੱਦਾਂ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਰਾਂਗੇ ਦੰਦਾਂ ਦੀ ਸਫਾਈ। ਹੋ ਸ਼ੌਕ ਫਿਰਦਾ ਫਿਰ ਲਈ ਜੀ ਸਦਕੇ ਆ ਕਦੇ ਸਨਾ ਨਾ ਕਣੀ ਨਾ ਮੇਰੀ ਕਾਕਾ ਅਖੜਾ ਛੇ ਮਜ਼ਾਕ ਸੀ ਯਾਰ। ਤੇ ਮੈਂ ਦੱਸਦਾ ਯਾਰ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਪਰਪਸ ਲਈ ਹੈ। ਮੇਰੇ ਕਿਸੇ ਵੀ ਵੀਰ ਦੇ ਭੈਣ ਦੇ ਭਰਾ ਨੇ 75 ਕੇ ਨੀਚੇ ਊਲ ਜਲੂਲ ਕਮੈਂਟ ਨਹੀਂ ਕਰਨਾ ਕਿ ਇਹ ਤਾਂ ਪੰਜਾਬੀ ਸਿੰਗਰਾਂ ਦੀ ਇਨਸਲਟ ਕਰਦਾ ਯਾਰ। ਯਾਰ ਮੈਂ ਇਨਸਲਟ ਨਹੀਂ ਕਰਦਾ ਯਾਰ, ਮੈਂ ਤਾਂ ਸਿਰਫ ਪੰਜਾਬੀ ਲਿਰਿਕਸ ਨਾਲ ਜੁਗਲਬੰਦੀ ਕਰਕੇ ਸਿਰਫ ਹਾਸੇ ਪਾਉਣ ਦੀ ਕੋਸ਼ਿਸ਼ ਕਰਦਾ ਯਾਰ। ਤੇ ਅੱਜ ਨਾ ਵਨ ਆਫ ਮਾਈ ਫੇਵਰਟ ਸਿੰਗਰ ਦੇ ਆਪਾਂ ਲਿਰਿਕਸ ਨਾਲ ਜੁਗਲਬੰਦੀ ਕਰਨੀ ਹੈ ਤੇ ਹਾਸੇ ਪਾਉਣੇ ਆ। ਤੇ ਅੱਜ ਮੈਂ ਕੋਈ ਵਿਆਹ ਨਹੀਂ ਕਰਾਉਣਾ, ਨਾ ਮੈਂ ਮੋਬਾਈਲ ਵਿੱਚ ਨੇ, ਅੱਜ ਮੈਂ ਬਣਿਆ ਹੋਇਆ ਡਾਕਟਰ। ਪਹਿਲਾਂ ਆਪਾਂ ਡਾਕਟਰ ਦੇ ਅਵਤਾਰ 'ਚ ਹੁੰਦੇ ਆ ਨਾ। ਤੇ ਨਾ ਯਾਰ ਅੱਜ ਡਾਕਟਰ ਬਣਨ ਦਾ ਇੱਕ ਰੀਜ਼ਨ ਹੈਗਾ ਕਿਉਂਕਿ ਇੱਕ ਮਰੀਜ਼ ਹੈਗੇ ਨੇ ਜਿਹੜੇ ਬਹੁਤ ਜ਼ਿਆਦਾ ਡਰਿੰਕ ਕਰਦੇ ਨੇ ਤੇ ਐਜ਼ ਆ ਡਾਕਟਰ ਮੇਰੀ ਬਣਦੀ ਹੈ ਕਿ ਉਹਨਾਂ ਨੂੰ ਡਰਿੰਕ ਤੋਂ ਹਟਾਈਏ। ਤੇ ਮੈਨੂੰ ਲੱਗਦਾ ਹਜੇ ਤੱਕ ਸੁੱਤੇ ਪਏ ਹੋਣੇ, ਚਲੋ ਫੋਨ ਕਰਕੇ ਉਹਨਾਂ ਨੂੰ ਠੋਨੇ ਆ ਤੇ ਵੀਡੀਓ ਸਟਾਰਟ ਕਰਦੇ ਆ। ਆ ਜਾਓ ਫਿਰ। ਹੈਲੋ, ਮੈਂ ਬੋਲਦਾ ਤੁਹਾਡਾ ਡਾਕਟਰ ਅਮਨ। ਤੇ ਕੀ ਗੱਲ ਹੈ, ਸਰਕਾਰਾਂ ਹਜੇ ਤੱਕ ਉੱਠੀਆਂ ਨਹੀਂ ਹੈਗੀਆਂ? ਰਾਤ ਕਿੰਨੇ ਪੈਗ ਲੱਗੇ ਸੀ? 7 ਪੈਗ? ਓ ਹੋ, ਬਹੁਤ ਗਲਤ ਗੱਲ ਆ ਵੀਰੇ। ਪਹਿਲਾਂ ਨਾ ਮੈਂ ਤੁਹਾਡੇ ਘਰੋਂ ਦਾਰੂ ਦੀਆਂ ਬੋਤਲਾਂ ਚਕਾਨਾ ਵਾਂ। ਤੂੰ ਚੱਕ ਤਾਂ ਸਹੀ। ਓ ਮੇਰੇ ਵੀਰ, ਬਹੁਤ ਹੀ ਗਲਤ ਚੀਜ਼ ਆ ਇਹ। ਨਾਲੇ ਤੁਸੀਂ ਤਾਂ ਆਪ ਕਿਹਾ ਸੀ ਵੀ ਮੈਂ ਦਾਰੂ ਛੱਡ ਦੇਣੀ ਆ। ਦਿਲ ਮੇਰਾ ਵੀ ਕਰਦਾ ਛੱਡਣਾ ਪਰ ਆਦਤ ਪੈ ਗਈ। ਓ ਨਿੰਜੇ ਵੀਰ, ਆਪਾਂ ਕਾਹਦੇ ਲਈ ਆ? ਆਪਾਂ ਡਾਕਟਰ, ਆਪਾਂ ਛੁੜਾ ਦਿੰਦੇ ਆ। ਵੈਸੇ ਕੱਲ ਰਾਤ ਕਿੱਥੇ ਸੀ ਆਪਾਂ? ਸਾਰੀ ਸਾਰੀ ਰਾਤ ਚੱਲੇ ਮੋਟਰੇ ਦੇ ਉੱਤੇ ਦਾਰੂ ਜਾਰੀ ਜੱਟਾਂ ਦੀ। ਪੀਂਦੇ ਹੈ ਮੋਟਰਾਂ ਤੇ ਦਾਰੂ, ਜਾ ਕੇ ਦਿਖਾਇਓ ਅੱਜ ਤੋਂ ਬਾਅਦ ਮੈਨੂੰ। ਤੇਰੇ ਬਾਪੂ ਦੇ ਨੀ ਟੱਚ ਵਿੱਚ ਮੰਤਰੀ ਨੀ ਤਾਂ ਹੀ ਫਿਰੇ ਛਾਲਾ ਮਾਰਦਾ। ਅੱਛਾ, ਮੈਂ ਛਾਲਾ ਮਾਰਦਾ? ਅੱਛਾ ਭਾਜੀ, ਤੁਸੀਂ ਕਦੇ ਇੰਜੈਕਸ਼ਨ ਵਾਲੀ ਸੂਈ ਦੇਖੀ ਆ? ਜਦ ਪਹਿਲੀ ਵਾਰੀ ਵੇਖੀ ਦਿਲ ਹੈਂਗ ਹੋ ਗਿਆ। ਭਾਜੀ ਵੱਡੇ ਵੱਡੇ ਹੈਂਗ ਹੋ ਜਾਂਦੇ ਸੂਈ ਦੇਖ ਕੇ ਤਾਂ। ਚਲੋ ਕਰੋ ਪਿੱਠ, ਫਿਰ ਲਾਈਏ ਤੁਹਾਡੇ ਟੀਕਾ। ਤੂੰ ਸੁਣ ਤਾਂ ਸਹੀ। ਲੈ ਹੁਣ ਸੁਣੋ, ਮੈਂ ਨੀ ਕੁਛ ਸੁਣਨਾ, ਮੈਂ ਤਾਂ ਟੀਕਾ ਲਾਉਣਾ। ਜਲਦੀ ਕਰੋ ਪਿੱਠ। ਗੱਲ ਮੇਰੀ ਚੁਬੂਗੀ। ਭਾਜੀ ਗੱਲ ਦਾ ਮੈਨੂੰ ਨੀ ਪਤਾ ਚੁਬੇ ਨਾ ਚੁਬੇ, ਲੇਕਿਨ ਅੱਜ ਸੂਈ ਜ਼ਰੂਰ ਚੁਬੂਗੀ। ਇੱਕ ਵਾਰੀ ਰਾਜ਼ੀ ਹੋ ਜਾ। ਨੋ, ਆ ਬਿਗ ਨੋ। ਮੈਨੂੰ ਇਹ ਦੱਸੋ ਇੰਜੈਕਸ਼ਨ ਲਾਉਣਾ ਕਿੱਥੇ ਆ? ਮੇਰੀ ਦਿਲ ਦੀ ਨਾੜੀ ਤੇ। ਦਿਲ ਦੀ ਨਾੜੀ ਤੇ? ਲੈ ਆ ਚੱਕ ਫਿਰ। ਅੱਜ ਤੋਂ ਆਪਾਂ ਤੁਹਾਡੇ ਰੋਜ਼ ਟੀਕਾ ਲਾਇਆ ਕਰਨਾ, ਦਿਨਾਂ 'ਚ ਠੀਕ ਕਰ ਦੇਣਾ ਦਿਨਾਂ 'ਚ। ਤੇ ਹੁਣ ਪੀਆ ਕਰੋਗੇ ਦਾਰੂ ਫਿਰ? ਨਿੰਜੇ ਵੀਰੇ, ਜਦ ਤੱਕ ਮੈਂ ਤੁਹਾਡਾ ਡਾਕਟਰ ਹਾਂ ਨਾ, ਮੈਂ ਨਹੀਂ ਦਾਰੂ ਪੀਣ ਦਿੰਦਾ ਤੁਹਾਨੂੰ। ਨਾਲੇ ਆਹ ਕਿਹੜੇ ਸ਼ੌਂਕ ਹੋਏ ਦਾਰੂ ਪੀਣ ਵਾਲੇ? ਨਿੰਜੇ ਵੀਰੇ ਦੇਖ, ਮਜ਼ਾਕ ਮਸਤੀ ਬਾਅਦ 'ਚ, ਲੇਕਿਨ ਦਾਰੂ ਬਹੁਤ ਹੀ ਗਲਤ ਚੀਜ਼ ਆ, ਠੀਕ ਹੈ ਨਾ? ਤੁਸੀਂ ਨਾ ਆਪਣੇ ਮਨ ਨੂੰ ਸਮਝਾਓ ਤੇ ਇਹਨੂੰ ਦਾਰੂ ਵੱਲ ਜਾਣ ਤੋਂ ਰੋਕੋ। ਜਿੰਨਾ ਵੀ ਮੈਂ ਦਿਲ ਨੂੰ ਰੋਕਾਂ, ਲੱਖ ਵਾਰੀ ਇਹਨੂੰ ਟੋਕਾਂ, ਆਵੇ ਬਸ ਉਹਦੇ ਹੀ ਵੱਲ। ਮੈਨੂੰ ਕੇਸ ਇਹ ਵੱਡਾ ਲੱਗਦਾ, ਇੱਦਾਂ ਨਹੀਂ ਇਲਾਜ ਹੋਣਾ ਇਹਦਾ। ਤੇ ਨਿੰਜੇ ਵੀਰੇ, ਮੈਨੂੰ ਇੱਦਾਂ ਦੱਸੋ ਕਿ ਜਦੋਂ ਤੁਸੀਂ 2 ਦਿਨ ਦਾਰੂ ਨਹੀਂ ਪੀਂਦੇ ਤਾਂ ਤੁਹਾਡਾ ਸਰੀਰ ਟੁੱਟਦਾ? ਟੁੱਟਦਾ ਹੀ ਜਾ। ਸਰੀਰ ਤਾਂ ਟੁੱਟਦਾ ਹੁੰਦਾ। ਤੇ ਆ ਦਾਰੂ ਪੀਣ ਲਾਇਆ ਕਿੰਨੇ ਸੀ ਤੁਹਾਨੂੰ? ਲਾਲੋ ਲੰਡੂਆਂ ਨਾ ਯਾਰੀ। ਤੇ ਵੀਰੇ, ਇਲਾਜ ਇਹਦਾ ਇਹੀ ਆ ਕਿ ਆਪਣੇ ਦਿਲ ਨੂੰ ਮਨਾਓ। ਲੱਖ ਮਨਾ ਓਹੋ, ਮੈਨੂੰ ਆਪਣਾ ਦਿਮਾਗ ਲਾਉਣਾ ਪੈਣਾ ਇੱਥੇ। ਚਲੋ ਮੈਂ ਐਂ ਕਰਦਾ ਫਿਰ, ਮੈਂ ਤੁਹਾਨੂੰ ਦਾਰੂ ਦੀ ਜਗ੍ਹਾ ਬੰਬੇ ਤੋਂ ਸਪੈਸ਼ਲ ਰੈੱਡ ਵਾਈਨ ਮੰਗਾ ਕੇ ਦੇ ਦਿਆ ਕਰੂੰ। ਉਹ ਪੀ ਲਿਆ ਕਰੋ, ਉਹ ਥੋੜੀ ਚੰਗੀ ਹੁੰਦੀ ਹੈ ਦਿਲ ਦੁੱਲ ਲਈ। ਸੋਚ ਸੋਚ ਦਿਨ ਮੁੱਕ ਜਾਂਦੇ ਵੇ ਤੇਰੇ ਲਾਰੇ ਨਹੀਂ ਮੁੱਕਦੇ। ਉਹ ਭਾਜੀ ਹੁਣ ਟਾਈਮ ਤਾਂ ਲੱਗ ਜਾਂਦਾ। ਕੋਈ ਉੱਡਦਾ ਕਾਂ ਜਾਂਦਾ, ਅਗਲੇ ਦੇ ਘਰ ਜਵਾਕ ਡੀਕਦੇ ਨੇ ਉਹ ਤਾਂ ਜਾਂਦਾ। ਟੌਪਿਕ ਨਾ ਚੇਂਜ ਕਰੋ, ਜਾਂ ਤਾਂ ਤੁਹਾਨੂੰ ਦਾਰੂ ਛੱਡਣੀ ਪੈਣੀ ਆ ਜਾਂ ਰੋਜ਼ ਤੁਹਾਡੇ ਟੀਕਾ ਲੱਗੂਗਾ। ਮਨ ਮਰਜ਼ੀ ਹੈ ਨਾ ਵੀਰੇ, ਇੱਥੇ ਸਿਰਫ ਡਾਕਟਰ ਦੀਆਂ ਚੱਲਦੀਆਂ ਹੁੰਦੀਆਂ, ਮਰੀਜ਼ਾਂ ਦੀ ਨਹੀਂ ਚੱਲਦੀਆਂ ਹੁੰਦੀਆਂ। ਚਲੋ ਟੀਕਾ ਤਾਂ ਲੱਗੂਗਾ ਦੁਬਾਰਾ ਇੱਕ, ਚਲੋ ਕਰੋ ਪਿੱਠ ਫਿਰ। ਤੇ ਨਿੰਜੇ ਵੀਰੇ, ਰੋਈ ਨਾ, ਕਰੋ ਪਿੱਠ ਫਿਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਯਾਨੀ ਕਿ ਅਮਨ ਔਜਲਾ ਵੱਲੋਂ। ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸੋ। ਤੇ ਯਾਰ ਇੰਪੋਰਟੈਂਟ ਇੱਕ ਮੈਂ ਗੱਲ ਕਰਨੀ ਸੀ ਕਿ ਜਿਹੜੇ ਜਿਹੜੇ ਯੂਟਿਊਬ ਤੋਂ ਮੇਰੀ ਵੀਡੀਓ ਡਾਊਨਲੋਡ ਕਰਕੇ ਇੰਸਟਾਗ੍ਰਾਮ ਵਿੱਚ ਪਾਉਂਦੇ ਨੇ, ਉਹ ਸਿਰਫ ਯਾਰ ਇੰਨਾ ਕਰਿਆ ਕਰੋ, ਮੈਨੂੰ ਟੈਗ ਕਰ ਦਿਆ ਕਰੋ। ਦੇਖੋ ਨਾ ਯਾਰ, ਬਹੁਤ ਸਾਰੀ ਮਿਹਨਤ ਲੱਗਦੀ ਹੈ। ਤੁਸੀਂ ਦੇਖਦੇ ਹੋ ਕਿ ਪੋਸਟ ਪ੍ਰੋਡਕਸ਼ਨ ਕਿੰਨੀ ਆ, ਲਿਰਿਕਸ ਨਾਲ ਜੁਗਲਬੰਦੀ ਕਰਨੀ, ਸਕ੍ਰਿਪਟ ਲਿਖਣੀ, ਕੋਸਟਿਊਮ, ਮੇਕਅਪ, ਐਵਰੀਥਿੰਗ, ਤੁਸੀਂ ਸਾਰਾ ਕੁਝ ਨੋਟਿਸ ਕਰਦੇ ਹੋ। ਯਾਰ ਦੇਖੋ, ਪੰਜਾਬੀ ਭਰਾਵਾਂ, ਤੁਹਾਡਾ ਪੰਜਾਬੀ ਚੈਨਲਾਂ 'ਤੇ ਮੇਰੀ ਵੀਡੀਓ ਪੈਂਦੀ ਆ, ਉਹਨਾਂ ਮੈਨੂੰ ਫਾਇਦਾ ਹੁੰਦਾ। ਲੇਕਿਨ ਇੱਕ ਕ੍ਰੈਡਿਟ ਦੇ ਦਿਆ ਕਰੋ ਯਾਰ, ਕਿਉਂਕਿ
ਮਿਹਨਤ ਦਾ ਮੁੱਲ ਪੈ ਜਾਂਦਾ ਕਿਉਂਕਿ ਹੱਥ ਨੂੰ ਹੀ ਹੱਥ ਆ ਯਾਰ। ਤੁਸੀਂ ਨਾ ਇੱਕ ਵਾਰ ਮੈਨੂੰ ਇੰਨਾ ਕੁ ਪਿਆਰ ਦਿਓ, ਮੈਂ ਅੱਗੋਂ ਤੁਹਾਨੂੰ ਪਤਾ ਨਹੀਂ ਹੈਗਾ ਮੈਂ ਕਿੱਦਾਂ ਦਾ ਇਨਸਾਨ ਹਾਂ, ਤੁਸੀਂ ਇੰਨਾ ਕੁ ਦਿਓਗੇ ਮੈਂ ਭਰ ਭਰ ਕੇ ਦਊਂਗਾ ਤੁਹਾਨੂੰ, ਟਰੱਕ ਭਰ ਭਰ ਕੇ ਪਿਆਰ ਦੇਣੇ ਆ, ਠੀਕ ਹੈ। ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੇਰੀ ਵੀਡੀਓ ਸ਼ੇਅਰ ਕੀਤੀ ਸੀ ਆਹ ਚੈਨਲ ਆ ਉਹਨਾਂ ਦਾ VIP ਸ਼ੂਟਰ, ਉਹਨਾਂ ਦਾ ਬਹੁਤ ਧੰਨਵਾਦ ਕਿਉਂਕਿ ਸਟਾਰਟਿੰਗ ਤੋਂ ਹੁਣ ਤੋਂ ਲੈ ਕੇ ਉਹਨਾਂ ਨੇ 8-10 ਵੀਡੀਓ ਪਾਈਆਂ ਨੇ ਅਤੇ ਉਹਦਾ ਮੈਨੂੰ ਬਹੁਤ ਹੀ ਅੱਛਾ ਰਿਜ਼ਲਟ ਮਿਲਿਆ, ਗਰੋਥ ਮਿਲੀ ਆ। ਥੈਂਕ ਯੂ ਸੋ ਮਚ ਭਾਅ ਜੀ, ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਥੈਂਕ ਯੂ ਯਾਰ। ਅਤੇ ਬਾਕੀ ਵੀ ਜਿਹੜੇ ਇੰਸਟਾਗ੍ਰਾਮ 'ਤੇ ਯਾਰ ਵੀਡੀਓ ਪਾਉਂਦੇ ਨੇ ਕ੍ਰੈਡਿਟਸ ਦੇ ਦਿਆ ਕਰੋ ਯਾਰ, ਹੱਥ ਜੋੜ ਕੇ ਬੇਨਤੀ ਆ ਤੁਹਾਨੂੰ, ਹੈ। ਅਤੇ ਯਾਰ ਵੀਡੀਓ ਥੋੜ੍ਹੀ ਛੋਟੀ ਸੀ, ਜਿਹੜੇ ਮੇਰੇ ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰਦੇ ਨੇ ਉਹ ਜਾਣਦੇ ਕਿ ਮੇਰੀ ਤਬੀਅਤ ਖਰਾਬ ਸੀਗੀ ਫਰਾਈਡੇ ਨੂੰ, ਕਿਉਂਕਿ ਇਹ ਵੀਡੀਓ ਮੈਂ ਸੈਟਰਡੇ ਨੂੰ ਪਾਉਂਦਾ ਹੁੰਦਾ ਲੇਕਿਨ ਮੈਂ ਸੰਡੇ ਨੂੰ ਪਾਈ ਆ। ਪਹਿਲਾਂ ਤਾਂ ਯਾਰ ਜਿਹੜੇ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕਰ ਰਹੇ, ਆਈ ਅਮਨ ਔਜਲਾ, ਦੈਟਸ ਮਾਈ ID, ਇਹਨੂੰ ਸਰਚ ਕਰਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, ਉੱਥੇ ਮੈਂ ਅਪਡੇਟਸ ਕਰਦਾ ਰਹਿੰਦਾ ਅਤੇ ਮੈਂ ਬਹੁਤ ਨਲਾਇਕ ਆ ਤੁਹਾਨੂੰ ਪਤਾ, ਅਤੇ ਮੈਨੂੰ ਤੁਹਾਡੇ ਸੁਜੈਸ਼ਨ ਚਾਹੀਦੇ ਹੁੰਦੇ ਆ ਕਿ ਮੈਂ ਰੋਸਟ ਕਰਾਂ ਵੀ ਕੀ ਕਰਾਂ, ਜਿਵੇਂ ਕਿ ਮੈਨੂੰ ਦੱਸਿਆ ਨਾ ਹੁਣ ਤੂੰ ਵਿਆਹ ਬੂ ਨਾ ਕਰਾ, ਹੁਣ ਤੂੰ ਕੁਛ ਅਲੱਗ ਕਰ, ਤਾਂ ਮੈਂ ਅਲੱਗ ਕਰਨ ਦੀ ਅੱਜ ਕੋਸ਼ਿਸ਼ ਕੀਤੀ ਹੈ, ਮੈਂ ਡਾਕਟਰ ਬਣਿਆ ਸੀਗਾ, ਤਾਂ ਕਰਕੇ ਮੈਨੂੰ ਤੁਹਾਡੇ ਸੁਜੈਸ਼ਨ ਚਾਹੀਦੇ ਹੁੰਦੇ ਆ, ਤਾਂ ਮੈਨੂੰ ਫੋਲੋ ਜ਼ਰੂਰ ਕਰਿਓ ਅਤੇ ਮੈਂ ਹਰ ਇੱਕ ਬੰਦੇ ਦਾ ਜੋ ਵੀ ਰਿਪਲਾਈ ਆਉਂਦਾ, ਕਮੈਂਟ ਆਉਂਦਾ, ਮੈਂ ਜ਼ਰੂਰ ਰਿਪਲਾਈ ਕਰਦਾ ਉਹਦਾ। ਅਤੇ ਸੱਚ ਯਾਰ, ਨਿੰਜਾ ਭਾਅ ਜੀ ਦਾ ਗਾਣਾ ਆ ਰਿਹਾ ਨਵਾਂ, ਉਹਦੇ ਲਈ ਉਹਨਾਂ ਨੂੰ ਲੱਖ ਲੱਖ ਕਰੋੜਾਂ ਕਰੋੜਾਂ ਵਧਾਈਆਂ ਅਤੇ ਬੈਸਟ ਆਫ ਲੱਕ ਪੱਲਾਂ ਹੀ। ਅਤੇ ਗਾਣੇ ਦਾ ਨਾਮ ਹੈਗਾ ਜੀ ਇਸ ਤਰੇ ਪੋਸਤਰੋ ਨਾਸਤਰੋ, ਮੈਨੂੰ ਗਾਣੇ ਦਾ ਨਾਮ ਹੀ ਨਹੀਂ ਯਾਦ ਹੈਗਾ, ਚਲੋ ਮੈਂ ਬਾਅਦ 'ਚੋਂ ਇੱਥੇ ਲਿਖ ਦੂੰਗਾ, ਠੀਕ ਆ। ਆਹ ਗਾਣੇ ਦਾ ਨਾਮ ਆ, ਅਤੇ ਨਿੰਜੇ ਵੀਰੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਡੇ ਗਾਣੇ। ਮੈਂ ਜਦੋਂ ਸਕ੍ਰਿਪਟ ਲਿਖ ਰਿਹਾ ਸੀਗਾ ਤਾਂ ਉਦੋਂ ਮੈਂ ਗਾਣੇ ਸੁਣਨ ਲੱਗਿਆ, ਤੁਹਾਡੇ ਸਕ੍ਰਿਪਟ ਲਿਖਣੀ ਭੁੱਲ ਹੀ ਗਿਆ ਮੈਂ, ਅਤੇ ਬੈਸਟ ਆਫ ਲੱਕ ਭਾਅ ਜੀ ਤੁਹਾਡਾ, ਮੈਨੂੰ ਪਤਾ ਆਉਂਦੀ ਤੁਸੀਂ ਛਾ ਜਾਣਾ, ਅਤੇ ਜਿਹੜਾ ਤੁਹਾਡਾ ਸਾਈਨ ਸੀਗਾ ਬੈਸਟ ਆਫ ਲੱਕ ਭਾਅ ਜੀ, ਮੇਰੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਉਹਦੀਆਂ ਪੱਲਾਂ ਤੋਂ ਹੀ ਮੁਬਾਰਕਾਂ। ਗੱਲ ਮੈਨੂੰ ਲੱਗਦਾ ਨਾ ਇੱਥੇ ਖਤਮ ਹੋ ਗਈ ਆ, ਚਲੋ ਠੀਕ ਹੈ, ਫਿਰ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ। ਮੈਂ ਤੁਹਾਡਾ ਆਪਣਾ ਅਮਨ ਔਜਲਾ, ਕਿੱਦਾਂ ਫਿਰੇ।